ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਤੁਸੀਂ ਜੋ ਇਹ ਦਰਖਤ ਦੇਖਦੇ ਪਏ ਹੋ, ਇਹ ਦਰਖਤ ਦਾ ਨਾਮ ਹੈ ਕੁਰਿੰਦਾ। ਕੁਰਿੰਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਪਨ ਵਿੱਚ ਕੁਰਿੰਦੇ ਦੀ ਦਾਤਣ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਅਤੇ ਵਚਨ ਕੀਤਾ ਕਿ ਇਸ ਦਾਤਣ ਤੋਂ ਕੁਰਿੰਦੇ ਦਾ ਦਰਖਤ ਬਣੇਗਾ। ਜੋ ਵੀ ਪੁਰਾਣੀ ਕੁਰਿੰਦੇ ਦਾ ਫਲ ਜਿਸ ਵੀ ਭਾਵਨਾ ਨਾਲ ਛਕੇਗਾ, ਪਰਮਾਤਮਾ ਉਸ ਦੀ ਸਰਬੱਤ ਭਾਵਨਾ ਪੂਰੀਆਂ ਕਰਨਗੇ। ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ, ਉਹ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਕੁਰਿੰਦੇ ਦਾ ਫਲ ਲੈ ਕੇ ਛਕਣ ਅਤੇ ਗੁਰੂ ਸਾਹਿਬ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ। ਲਓ ਜੀ, ਕਰੋ ਜੀ ਦਰਸ਼ਨ ਦੀਦਾਰ। ਇਹ ਗੁਰਦੁਆਰਾ ਮੈਣੀ ਸੰਗਤ ਦੇ ਬਿਲਕੁਲ ਸੁਬੈਕ ਸਾਈਡ ਦੇ ਉੱਤੇ ਆ ਜੀ। ਆਹ ਦੇਖੋ ਜੀ, ਅਜੇ ਤੁਹਾਨੂੰ ਨੇੜੇ ਤੋਂ ਮੈਂ ਦਿਖਾਉਣਾ ਇਹਦੇ। ਆਹ ਦੇਖੋ ਇੱਦਾਂ। ਸੋ ਜਿਨ੍ਹਾਂ ਦੇ ਘਰ ਪੁੱਤ ਨਹੀਂ ਹੁੰਦਾ, ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ, ਸੋ ਇੱਥੋਂ ਤੁਸੀਂ ਪਾਠੀ ਕੋਲੋਂ ਸੋ ਅਰਦਾਸ ਕਰਵਾ ਕੇ ਸੋ ਇਹਦਾ ਫਲ ਖਾ ਸਕਦੇ ਹੋਗੇ ਅਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਊਗੀ। ਗੁਰੂ ਸਾਹਿਬ ਦੇ ਇਹ ਬਚਨ ਨੇਗੇ। ਸੋ ਕਹਿੰਦੇ ਸੰਤ ਬਚਨ ਨਹੀਂ ਪਲਟੇ, ਪਲਟ ਜਾਏ ਬ੍ਰਹਿਮੰਡ। ਸੋ ਗੁਰੂਆਂ ਦੇ ਕਹੇ ਹੋਏ ਬਚਨ ਕਦੇ ਪਲਟ ਨਹੀਂ ਸਕਦੇ ਅਤੇ ਬਹੁਤ ਵੱਡਾ ਦਰਖਤ ਆ ਨਾ ਉਹ। ਨੀਚੇ ਤੋਂ ਦੇਖੋ ਤੁਸੀਂ, ਥੋੜ੍ਹਾ ਜਿਹਾ ਦਿਖਾਉਣਾ ਮੈਂ ਤੁਹਾਨੂੰ ਅਤੇ ਕਾਫੀ ਵੱਡਾ ਹੈ ਨਾ। ਗੁਰੂ ਸਾਹਿਬ ਨੇ ਦਾਤਣ ਕਰਕੇ ਜਗ੍ਹਾ ਦੇ ਉੱਤੇ ਜ਼ਮੀਨ ਵਿੱਚ ਗੱਡ ਦਿੱਤੀ ਸੀਗੀ। ਅਤੇ ਜਦੋਂ ਵੀ ਤੁਸੀਂ ਪਟਨਾ ਸਾਹਿਬ ਆਵੋ, ਦਰਸ਼ਨ ਦੀਦਾਰ ਕਰਕੇ ਜ਼ਰੂਰ ਜਾਇਆ ਕਰੋ। ਅਤੇ ਜਿਨ੍ਹਾਂ ਦੇ ਘਰ ਔਲਾਦ ਨਹੀਂ, ਕਿਸੇ ਵੀ ਕਾਰਨ ਕਰਕੇ ਔਲਾਦ ਨਹੀਂ ਹੋ ਰਹੀ, ਉੱਥੋਂ ਅਰਦਾਸ ਬੇਨਤੀ ਕਰਾ ਕੇ ਸੋ ਇਸ ਰੁੱਖ ਦਾ ਫਲ ਖਾ ਸਕਦੇ ਹੋ ਜੀ। ਫਲ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਜੀ ਵਿਸਤਾਰ ਦੇ ਨਾਲ। ਇਹ ਮੈਣੀ ਸਾਹਿਬ ਗੁਰਦੁਆਰਾ ਸੰਗਤ, ਮੈਣੀ ਸਾਹਿਬ ਗੁਰਦੁਆਰਾ ਜਿਹੜਾ ਉਹਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਆ ਜੀ। ਸੋ ਇੱਧਰ ਲੋਕ ਬਹੁਤ ਘੱਟ ਆਉਂਦੇ ਨੇਗੇ। ਅਤੇ ਨਿਰਮਲੇ ਕਾਰ ਸੇਵਾ ਭੂਰੀ ਵਾਲੇ ਬਾਬਾ ਜੀ, ਸੋ ਬਹੁਤ ਸੁਚੱਜੇ ਢੰਗ ਦੇ ਨਾਲ। ਸੋ ਇੱਥੇ ਜੇ ਤੁਸੀਂ ਨੇ ਕਿਸੇ ਭੈਣ ਭਰਾ ਨੇ ਆ ਕੇ ਰਹਿਣਾ ਵੀ ਹੋਵੇ ਤਾਂ ਬਹੁਤ ਸੋਹਣੇ ਕਮਰੇ ਨੇ। ਕਿਆ ਬਾਤ ਆ ਜੀ, ਬਹੁਤ ਸਫਾਈ ਬਹੁਤ ਆ। ਤੁਸੀਂ ਦੇਖਦੀ ਪਿਓ ਦੇਖੋ ਸਾਰਾ ਏਰੀਆ ਹੈ ਨਾ, ਕਹਿਣ ਸੁਣਨ ਤੋਂ ਬੜੇ ਦੀ ਗੱਲ ਆ। ਲਓ ਜੀ ਇੱਕ ਵਾਰ ਫਿਰ ਦਿਖਾਉਣਾ ਇਹ। ਆਹ ਦੇਖੋ ਲਾਲ ਲਾਲ ਜਿਹੜੇ ਨੇ ਇਹਦੇ ਸਾਹਮਣੇ ਦੇਦੇ ਪਏ ਨੇ ਅਤੇ ਇਹਦੇ ਫਲ ਨੇ ਜੀ।